ਅੱਜ ਜੋ ਪਿਛਲੇ 20 25 ਸਾਲਾਂ ਚ ਖਾਸ ਕਰਕੇ ਜਿੰਨੇ ਗੀਤ বাজਦੇ ਨੇ ਉਹ ਸਾਰੇ ਬਦਮਾਸ਼ੀ ਦੇ ਨੇ ਕਿ ਅਸੀਂ ਬੰਦਾ ਮਾਰ ਦਿੰਨੇ ਹੁੰਨੇ ਆ ਅਸੀਂ ਬੰਦਾ ਮਾਰ ਦਿੰਨੇ ਹੁੰਨੇ ਆ ਮੈਂ ਨਸ਼ੇ ਕਰਦਾ ਮੈਂ ਇੰਨੀ ਪੀ ਜਾਂਦਾ ਮੈਂ ਬਿਨਾ ਪਾਣੀ ਪਾਇਆ ਪੀ ਜਾਂਦਾ ਅਸੀਂ ਢੋਲ ਖਾਲੀ ਕਰ ਦਿੰਨੇ ਆ ਇਹ ਜਿਹੜਾ ਸੂਖਮ ਖਰਾਕ ਹੈ ਨਿੱਕੇ ਨਿੱਕੇ ਬੱਚਿਆਂ ਦੇ ਮਾਵਾ ਪੈਣਾ ਦੇ ਕੰਨਾਂ 'ਚ ਪੈਂਦੀ ਐ ਇਹ ਦੂਜਾ ਪੱਖ ਹੈ ਜਿਹੜੀ ਸੁਰਤ ਐ ਬੰਦੇ ਦੀ ਇਹ ਸ਼ਬਦ ਨਾ ਵੱਜੀ ਹੋਈ ਐ ਜਿਹੜੀ ਦੇਹ ਐ ਬੰਦੇ ਦੀ ਤੇ ਭੋਜਨ ਨਾ ਬੱਧੀ ਹੋਈ ਐ ਬੰਦਿਆਂ ਦਾ ਭੋਜਨ ਬਦਲੋ ਬੰਦਾ ਕਜੇ ਤੋ ਘੋੜਾ ਬਣ ਜਾਂਦਾ ਬੰਦਿਆਂ ਦਾ ਸ਼ਬਦ ਬਦਲੋ ਬੰਦਿਆਂ ਦਾ ਸੁਣਨ ਬਦਲੋ ਬੰਦਾ ਬਦਲ ਜਾਂਦਾ ਗੁਰੂ ਨੇ ਬਾਣੀ ਸੰਗੀਤ ਨਾਲ ਰਾਗ ਨਾਲ ਆਖੇ ਸੰਗੀਤ ਦਾ ਧੁਨ ਦਾ ਅਸਰ ਸ਼ਬਦਾਂ ਤੋਂ ਵੀ ਪਾਰ ਫੈਲਦਾ ਤੇ ਜੇ ਪੰਜਾਬ ਵਿੱਚ ਕੋਈ ਇਹ ਬੰਦਾ ਆਖੇ ਕਿ ਗੀਜ ਦਾ ਅਸਰ ਨਹੀਂ ਪੈਂਦਾ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਇੰਨੀ ਗੱਲ ਵੀ ਸਮਝ ਨਾ ਆਵੇ ਕਿ ਤੁਸੀਂ ਗਾਉਣ ਵਜਾਉਣ ਦਾ ਕੰਮ ਕਰਦੇ ਹੋ ਤੇ ਆਖੋ ਇਹ ਕਿ ਗਾਉਣ ਵਜਾਉਣ ਦਾ ਅਸਰ ਨਹੀਂ ਪੈਂਦਾ ਤੇ ਹੁਣ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਗਵਈਏ ਉਹੀ ਨੇ ਜਿਹੜੇ दारू ਦੀ ਸੋਭਾ ਕਰਦੇ ਆ ਸਭ ਤੋਂ ਮਹਿੰਗੇ ਉਹੀ ਵਿਕਦੇ ਨੇ ਖਾੜੇ ਲਾਉਣ ਵਾਸਤੇ ਪਹਿਲਾਂ ਲੋਕੀ ਛਰਾ ਪੀਂਦੇ ਚੋਰੀ ਪੀਂਦੇ ਸੀ ਬੀ ਟੱਬਰ ਨੂੰ ਪਤਾ ਨਾ ਲੱਗੇ ਹੁਣ ਜਦੋਂ ਗਾਣਾ ਹੀ ਕਹਿੰਦਾ ਐ ਵੀ ਮੇਰੀ ਗੱਡੀ 'ਚ ਕਲਾਸ ਪਏ ਨੇ ਆਪਾਂ ਖੜਕੇ ਪੀਂਦੀ ਐ ਤੇ ਲੋਕਾਂ ਦੀ ਇੱਜ਼ਤ ਵੱਧ ਨਹੀਂ ਸਵਾਰੀ ਤਾਂ ਇਹ ਜਿਹੜਾ ਖਾਣ ਤੇ ਪੀਣ ਦੇ ਮਸਲੇ 'ਚ ਸਾਡਾ ਦਿਮਾਗ ਕੰਮ ਕਰਦਾ ਹੈ ਇਹੀ ਸਰਕਾਰ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਲੋਕ ਉਹਦੀ ਜਿਹੜੀ ਪਰਜ ਹੈ ਉਹ ਕਿਵੇਂ ਕਾਬੂ ਰਹੇ ਦੁਨੀਆਂ 'ਚ ਜਿੰਨਾਂ ਲੋਕਾਂ ਨੇ ਇਤਿਹਾਸ ਲਿਖਿਆ ਉਹਨਾਂ ਨੇ ਇਹ ਗੱਲ ਵੇਖੀ ਐ ਕਿ ਕਿਸੇ ਥਾਂ ਦਾ ਜਦੋਂ ਰਾਜ ਖੁੱਸਿਆ ਕਿਸੇ ਦਾ ਤਾਂ ਉੱਥੇ ਨਸ਼ਾ ਜ਼ਰੂਰ ਸੀ ਉੱਥੇ ਨਾਚ ਗਾਣਾ ਜ਼ਰੂਰ ਸੀ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਗਵਾਹੀ ਹੈ ਕਿ ਜਦੋਂ ਖਾੜਕੂ ਲਹਿਰ ਨੂੰ ਖਤਮ ਕੀਤਾ ਪੰਜਾਬ ਪੁਲਿਸ ਨੇ ਖਾੜੇ ਲਵਾਏ ਉੱਥੇ ਸ਼ਰਾਬ ਲੋਕਾਂ ਨੂੰ ਵਰਤਾਈ ਲੰਗਰ ਜੋ ਕਦੇ ਆਸਤੇ ਕਿ ਲੋਕਾਂ ਨੂੰ ਇਹ ਗੱਲ yaad ਨਾ ਰਹੇ ਕਿ ਉਹਨਾਂ ਦੇ ਮੁੰਡੇ ਕਿਉਂ ਮਾਰੇ ਗਏ ਨਾਚ ਗਾਣਿਆਂ ਨਾਲ ਨਸ਼ੇ ਨਾਲ ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਕਰਕਦੀਆਂ ਨੇ ਜਿਸ ਜਿਸ ਵੀ ਮੁਲਕ ਦੇ ਉੱਤੇ ਦੂਜੀਆਂ ਮੁਲਕਾਂ ਨੇ ਕਬਜ਼ਾ ਕੀਤਾ ਉਹਨਾਂ ਨੇ ਉੱਥੇ-ਉੱਥੇ ਨਸ਼ਾ ਵਰਤਾਇਆ ਜਿੱਥੇ-ਜਿੱਥੇ ਲੋਕ ਸੂਰਮੇ ਰਹੇ ਨੇ ਸਰਕਾਰਾਂ ਨੇ ਉੱਥੇ-ਉੱਥੇ ਵਿੰਗ ਪਾਇਆ ਕਿ ਉਹ ਪਹਿਲਾਂ ਬਦਮਾਸ਼ ਬਣ ਫਿਰ ਉਹ ਨਸ਼ੇੜੀ ਬਣ ਤੇ ਪੰਜਾਬ 'ਚ ਤੁਹਾਡੇ ਸਾਹਮਣੇ ਇਦਾਂ ਹੋਇਆ ਹੁਣ ਸਾਡੀ ਅਗਲੀ ਪੀੜ੍ਹੀ ਕੀ ਕਰੇ ਇਹਦਾ ਹੱਲ ਬਾਹਰ ਜਾਣ ਚ ਵੀ ਨਹੀਂ ਹੈਗਾ ਜੇ ਆਪਣੇ ਆਪ ਨੂੰ ਸਿੱਖ ਸਮਝਣਾ ਹੈ ਜਾਂ ਪੰਜਾਬ ਦੇ ਲੋਕ ਸਮਝਣਾ ਹੈ ਤਾਂ ਖਾਣਾ ਪੀਣਾ ਬੋਲਣਾ ਆਪਣਾ ਚਾਹੀਦਾ। ਦਾਵਾ ਹੋਰ ਕਰੀਏ ਤੇ ਕੰਮ ਹੋਰ ਕਰੀਏ ਉਹਦੇ ਨਾਲ ਜੋ ਸਾਡੀ ਹਾਲਤ ਹੈ ਲੋਕਾਂ ਦੀ ਬਿਮਾਰੀ ਦੀ ਤਕਹਾਂ ਦੀ ਉਹ ਇਸ ਤਰ੍ਹਾਂ ਰਹਿਣੀ ਹੈ। ਇਹ ਰਾਜਨੀਤਿਕ ਝੰਡਿਆਂ ਦੇ ਬਦਲ ਨਾਲ ਜ਼ਿੰਦਗੀ ਨਹੀਂ ਬਦਲਣ ਲੱਗੀ। ਪੀਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਅੰਦਰ ਬਿਰਾਜਮਾਨ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀਆਂ ਨੇ ਗੁਰਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਮੁੱਖ ਰੱਖ ਕੇ ਜੋ ਗੁਰਮਤ ਸਮਾਗਮ ਰਿਕਿਆ ਸਲਾਘਾਯੋ ਕਦਮ ਹੈ ਤਾਂ ਗੁਰੂ ਨਾਨਕ ਪਾਤਸ਼ਾਹ ਜਿਸ ਮੌਕੇ ਇਸ ਧਰਤੀ ਤੇ ਆਏ ਅਤੇ ਉਹਨਾਂ ਨੇ ਜੋ ਸਾਨੂੰ ਜੀਵਨ ਦਾ ਮਾਰਗ ਦੱਸਿਆ ਉਹਦੇ ਚੋਂ ਦੋ ਨੁਕਤੇ ਹੀ ਜਿੰਨਾ ਕ ਸਮਾਂ ਆਪਣੇ ਕੋਲ ਹੈ ਉਹਦੇ ਚ ਮੈਂ ਤੁਹਾਡੇ ਨਾਲ ਸਾਂਝੇ ਕਰਨੇ ਨੇ ਜੋ ਅੱਜ ਦਾ ਮਾਹੌਲ ਹੈ ਤੇ ਜੋ ਗੁਰੂ ਨਾਨਕ ਸਾਹਿਬ ਦੇ ਵੇਲੇ ਵਿੱਚ ਸੀ ਉਹਦੇ ਚ ਕਿਹੜੀ ਗੱਲ ਸਾਂਝੀ ਹੈ ਮੈਂ ਉੱਥੋਂ ਗੱਲ ਸ਼ੁਰੂ ਕਰਨੀ ਜਿਹੜੇ ਅੱਖਰਾਂ ਨੂੰ ਲਿਖਣਾ ਪੜ੍ਹਨ ਜਾਣਦੇ ਨੇ ਜਾਂ ਜਿਨ੍ਹਾਂ ਨੂੰ ਕੋਈ ਸੁਣਨ ਦਾ ਦਿਲਚਸਪੀ ਹੈ ਚਸਕਾ ਹੈ ਉਹ ਜਾਣਦੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਇੱਕ ਹਮਲਾਵਰ ਆਇਆ ਉਹਨੂੰ ਬਾਬਰ ਦੇ ਨਾਂ ਨਾਲ ਲੋਕੀ ਜਾਣਦੇ ਨੇ ਤਾਂ ਬਾਵਰਸੀ ਜਿਹੜਾ ਉਹ ਪੜਿਆ ਹੋਇਆ ਬੰਦਾ ਸੀ ਭਾਵੇਂ ਉਹ ਜ਼ਾਲਮ ਤੇ ਹਮਲਾਵਰ ਸੀ ਪਰ ਉਹਨੇ ਜਿੱਥੇ-ਜਿੱਥੇ ਵੀ ਗਿਆ ਉਥੇ-ਉਥੇ ਦੀਆਂ ਚੀਜ਼ਾਂਾਰੇ ਉਹਨੇ ਲਿਖਿਆ ਕਿ ਇੱਥੇ ਇਹੋ ਜਿਹਾ ਇਲਾਕਾ ਹੈ ਇਹੋ ਜਿਹੇ ਲੋਕ ਨੇ ਇਹ ਆ ਕਰਦੇ ਨੇ ਆ ਖਾਂਦੇ ਨੇ ਆ ਪਾਉਂਦੇ ਨੇ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਉਸ ਸਮੇਂ ਦੇ ਵਿੱਚ ਜੋ ਕੁਝ ਵਰਤਦਾ ਸੀ ਉਹ ਕਿਹਾ ਹੋਇਆ ਹੈ ਗੁਰਦਾਸ ਨੇ ਵੀ ਉਸ ਗੱਲ ਦੀ ਗਵਾਹੀ ਭਰੀ ਹੈ ਗੁਰੂ ਨਾਨਕ ਸਾਹਿਬ ਨੇ ਖੁਦ ਵੀ ਕੀ ਹੈ ਇੱਕ ਪੱਖਾ ਜਿਹੜਾ ਉਹ ਇਹ ਕਿ ਪਰਜਾ ਅੰਧੀ ਗਿਆਨ ਬਿਨ ਇਹ ਗੱਲ ਗੁਰੂ ਸਾਹਿਬ ਨੇ ਵੀ ਕਹੀ ਹੋਈ ਹੈ ਇਹ ਗੱਲ ਕਿਸੇ ਨਾ ਰੂਪ ਕਿਸੇ ਨਾ ਕਿਸੇ ਰੂਪ ਵਿੱਚ ਬਾਬਰ ਨੇ ਵੀ ਕਹੀ ਤੇ ਜਿਹੜੀ ਇਹ ਗੱਲ ਹੈ ਕਿ ਲੋਕਾਂ ਨੂੰ ਪਤਾ ਨਹੀਂ ਹੈ ਇਹ ਗੱਲ ਦੁਨੀਆ 'ਚ ਹੋਰ ਬੜੇ ਬਾਰੇ ਬੜਿਆਂ ਮਹਾਪੁਰਸ਼ਾਂ ਨੇ ਕਹੀ ਹੋਈ ਹੈ ਤਾਂ ਤੁਹਾਡੇ ਸਾਹਮਣੇ ਜਿੰਨੀ ਕਿ ਮੈਂ ਗੱਲ ਕਰਨੀ ਹੈ ਉਹਦੇ 'ਚ ਇੱਕ ਨੁਕਤਾ ਬਸ ਇਸ ਗੱਲ ਦਾ ਕਿ ਆਮ ਲੋਕਾਂ ਤੱਕ ਜਿਹੜਾ ਪਤਾ ਨਹੀਂ ਲੱਗਦਾ ਉਹਨਾਂ ਨੂੰ ਉਹਦੇ 'ਚ ਕੋਈ ਐਦਾਂ ਵੀ ਪੱਖ ਹੁੰਦਾ ਹੈ ਕਿ ਜਿਹੜਾ ਸਮੇਂ ਦਾ ਹਾਕਮ ਹੈ ਉਹ ਚਾਹੁੰਦਾ ਹੀ ਨਹੀਂ ਕਿ ਲੋਕਾਂ ਨੂੰ ਕੁਝ ਪਤਾ ਲੱਗ ਜਾਵੇ ਇਸ ਗੱਲ ਦਾ ਹੱਥ ਹੁੰਦਾ ਜਿਹੜੇ ਸਾਡੇ ਕੁਝ ਸੱਜਣ ਤੁਸੀਂ ਵੇਖਿਆ ਹੋਣਾ ਇਹ ਜਾਣਕਾਰੀ ਦਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਆਪ ਤੇ ਅਣਪੜ੍ਹ ਸੀ ਪਰ ਉਹਨੇ ਆਪਣੇ ਲੋਕਾਂ ਨੂੰ ਪੜ੍ਹਾਉਣ ਲਈ ਪੂਰਾ ਜੋਰ ਲਾਇਆ ਉਹਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਚਿੱਠੀਆਂ ਲਿਖ ਕੇ ਕਿਹਾ ਕਿ ਆਹ ਲੋ ਕਾਇਦਾ ਪਹਿਲਾਂ ਆਪ ਸਿੱਖੋ ਫਿਰ ਗਾਂਹ ਸਿਖਾਓ ਜਿਹੜਿਆਂ ਅੰਗਰੇਜ਼ਾਂ ਨੇ ਉਹਨਾਂ ਤੋਂ ਰਾਜ ਖੋਇਆ ਉਹਨਾਂ ਨੇ ਗੱਲ ਲਿਖੀ ਹੋਈ ਆ ਕਿ ਰਾਜੇ ਰਣਜੀਤ ਸਿੰਘ ਨੇ ਆਪਣੇ ਲੋਕਾਂ ਨੂੰ ਇੰਨਾ ਪੜਾਇਆ ਸੀ ਕਿ ਹੋਰ ਕਿਸੇ ਵੀ ਰਾਜੇ ਦੀ ਪਰਜਾ ਉਸ ਵੇਲੇ ਏਨੀ ਪੜੀ ਹੋਈ ਨਹੀਂ ਸੀ ਜਿੰਨੀ ਉਹਦੇ ਰਾਜ ਦੇ ਵਿੱਚ ਪਰਜਾ ਪੜੀ ਹੋਈ ਸੀ ਤਾਂ ਇਹਦਾ ਕਾਰਨ ਇੱਕ ਤਾਂ ਇਹ ਹੋਇਆ ਕਿ ਰਾਜੇ ਦੀ ਜਿਹੜੀ ਮਨਸ਼ਾ ਹੈ ਉਹਦਾ ਫਰਕ ਪੈਂਦਾ ਹੈ ਕਿ ਲੋਕ ਕੁਝ ਜਾਣ ਜਾਣ ਜਾਂ ਲੋਕੀ ਅਗਿਆਨੀ ਰਹਿਣ ਦੂਜਾ ਲੋਕ ਜਿਹੜੀ ਗੱਲ ਨੂੰ ਸੱਚ ਮੰਨ ਕੇ ਜਿਉਂਦੇ ਨੇ ਉਤੋਂ ਫਰਕ ਪੈਂਦਾ ਕਿ ਉਹ ਕਿੰਨੇ ਸਿਆਣੇ ਹੋਣਗੇ ਭਾਵ ਲੋਕ ਕਿਸੇ ਬੁੱਤ ਨੂੰ ਮੱਥਾ ਟੇਕਦੇ ਨੇ ਲੋਕ ਕਿਸੇ ਬਾਬੇ ਨੂੰ ਮੱਥਾ ਟੇਕਦੇ ਨੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਨੇ ਜਾਂ ਕਿਤੇ ਵੀ ਨਹੀਂ ਟੇਕਦੇ ਆਪ ਦੇ ਆਪ ਨੂੰ ਰੱਬ ਮੰਨਦੇ ਨੇ ਇਹ ਗੱਲ ਲੋਕਾਂ ਦੇ ਜਿੰਦਗੀ 'ਚ ਫਰਕ ਪਾਉਂਦੀ ਹੈ ਜਿਹੜਾ ਅਸੀਂ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਸੁਣਾਉਨੇ ਆ ਜਾਂ ਉਹਨਾਂ ਦੀ ਮਹਿਮਾ ਕਰਦੇ ਆ ਤਾਂ ਇੱਕ ਗੱਲ ਸਾਰੇ ਜਾਣੇ ਇਹ ਜ਼ਰੂਰ ਕਰਦੇ ਨੇ ਕਿ ਗੁਰੂ ਸਾਹਿਬ ਨੇ ਲੰਗਰ ਦੀ ਪਰੰਪਰਾ ਤੋਰੀ ਤੇ ਲੰਗਰ ਬਾਰੇ ਘਟੋ-ਘਟ ਇਹ ਗੱਲ ਵੀ ਸਾਰੇ ਦੱਸਦੇ ਨੇ ਕਿ ਗੁਰੂ ਸਾਹਿਬ ਨੇ ਭੁੱਖਿਆਂ ਨੂੰ ਲੰਗਰ ਛਕਾਇਆ ਗਰੀਬਾਂ ਨੂੰ ਲੰਗਰ ਛਕਾਇਆ ਜਾਤ ਪਾਤ ਮੇਟੀ ਸਭ ਨੂੰ ਬਰਾਬਰੀ ਦਸੀ ਇਹ ਹਰ ਬੰਦਾ ਜੋ ਗੁਰੂ ਪਾਤਸ਼ਾਹ ਦੀ ਮਹਿਮਾ ਕਰਦਾ ਹੈ ਜਾਂ ਇਤਿਹਾਸ ਲਿਖਦਾ ਹੈ ਉਹ ਇਹ ਗੱਲ ਜ਼ਰੂਰ ਲਿਖਦਾ ਹੈ ਕਿ ਉਹਨਾਂ ਨੇ ਲੰਗਰ ਦੀ ਪਰੰਪਰਾ ਤੋਰੀ ਬਰਾਬਰਤਾ ਲੈ ਕੇ ਆਂਦੀ ਭੁੱਖਿਆਂ ਨੂੰ ਰਜਾਇਆ ਜਿਹੜੀ ਬੇਨਤੀ ਮੈਂ ਕਰਨੀ ਹੈ ਉਹਦ ਇਹ ਹੈ ਕਿ ਜਿਹੜੀਆਂ ਗੱਲਾਂ ਹੁਣ ਤੱਕ ਕਈਆਂ ਗਈਆਂ ਨੇ ਗੁਰੂ ਸਾਹਿਬ ਦੇ ਬਾਰੇ ਵਿੱਚ ਲੰਗਰ ਦੇ ਬਾਰੇ ਵਿੱਚ ਉਹ ਸੱਚ ਹਨ ਪਰ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਪਤਾ ਲੱਗੇ ਜਾਂ ਨਾ ਲੱਗੇ ਇਹਦਾ ਸਿੱਧਾ ਸਬੰਧ ਲੰਗਰ ਨਾਲ ਹੈ ਆਇਥੇ ਕੁਝ ਜਿਹੜੇ ਆਪਾਂ ਹੁਣ ਸਾਰੇ ਪਿੰਡਾਂ ਦੇ ਲੋਕਾਂ ਕੋਈ ਸਮਾਂ ਪਹਿਲਾਂ ਇੱਕ ਕਿਸਾਨ ਮੋਰਚਾ ਲੱਗਿਆ ਸੀ ਜੇ ਤੁਹਾਨੂੰ ਯਾਦ ਹੋਵੇ ਗੱਲ ਜੇ ਪਿਛਲੇ 20 ਸਾਲਾਂ 'ਚ ਇਸ ਮੁਲਖ ਦੇ ਬਹੁਤ ਥਾਮਾਂ ਦੇ ਕਿਸਾਨ ਉੱਥੇ ਆਏ ਉਹਨਾਂ ਨੇ ਉੱਥੇ ਧਰਨਾ ਲਾਇਆ ਸਾਡੇ ਵਾਲਿਆਂ ਤੋਂ ਬਿਨਾ ਬਾਕੀ ਸਭ ਨੂੰ ਲਗਭਗ ਮੁੜਨਾ ਪਿਆ ਖਾਲੀ ਬਾਕੀ ਬਹੁਤੀਆਂ ਗੱਲਾਂ ਤਾਂ ਹੋਰ ਹੋਣਗੀਆਂ ਪਰ ਮੈਂ ਇੱਕੋ ਮਿਸਾਲ ਦਿੰਦਾ ਕਿ ਇਸ ਕੰਮ ਦੇ ਵਿੱਚ ਜਿਸ ਗੱਲ ਦਾ ਹਿੱਸਾ ਸੀ ਉਹ ਲੰਗਰ ਸੀ ਕਿ ਲੰਗਰ ਨੇ ਉਸ ਥਾਂ ਨੂੰ ਉਸ ਮੋਹਰਚੇ ਨੂੰ ਜਿਹੜੀ ਮਾਨਤਾ ਦਿੱਤੀ ਉਹ ਬਾਕੀ ਥਾਵਾਂ ਤੋਂ ਜਿਹੜੇ ਕਿਸਾਨ ਆਏ ਉਹਨਾਂ ਨੂੰ ਮਾਨਤਾ ਨਹੀਂ ਮਿਲ ਸਕੀ ਖਾਸ ਕਰਕੇ ਵੀ ਪਹਿਲਾਂ ਪੁਲਿਸ ਨੇ ਸਾਡੇ ਬੰਦਿਆਂ ਤੇ ਡੰਡਾ ਭਰਾਇਆ ਥੋੜੇ ਚਿਰ ਬਾਅਦ ਉਹ ਪੁਲਿਸ ਲੰਗਰ ਦੇ ਵਿੱਚ ਪ੍ਰਸ਼ਾਦਾ ਸੱਕ ਰਹੀ ਸੀ ਇਹ ਗੱਲ ਦੁਨੀਆ ਨੂੰ ਸਮਝ ਨਹੀਂ ਆਈ ਪਰ ਉਹਨਾਂ ਨੂੰ ਇਹ ਲੱਗਿਆ ਕਿ ਇਹ ਬੰਦੇ ਜਰੂਰ ਵੱਡੇ ਨੇ ਜਿਨ੍ਹਾਂ ਨੇ ਆਪਣੇ ਕੁੱਟਣ ਵਾਲੇ ਨੂੰ ਵੀ ਬਰਾਬਰ ਥਾਂ ਦਿੱਤੀ ਰੋਟੀ 'ਚ ਤਾਂ ਲੰਗਰ ਆ ਜਿਹੜਾ ਗੁਰੂ ਸਾਹਿਬ ਨੇ ਸਾਨੂੰ ਇਹ ਰੂਪ ਦਿੱਤਾ ਹੈ ਕਿ ਪਹਿਲਾਂ ਅਸੀਂ ਖਾਣ ਸਿੱਖ ਜਾਈਏ ਜੇ ਬੰਦਾ ਖਾਣ ਸਿੱਖ ਜਾਏ ਬੰਦਾ ਜਿਉਣ ਸਿੱਖ ਜਾਂਦਾ ਹੈ ਅੱਜ ਦੁਨੀਆ 'ਚ ਜਿੰਨੇ ਲੋਕ ਬਿਮਾਰ ਨੇ ਉਹ ਭੁੱਖ ਕਰਕੇ ਬਿਮਾਰ ਨਹੀਂ ਹਨ ਸਭ ਤੋਂ ਜ਼ਿਆਦਾ ਲੋਕ ਗਲਤ ਤਰੀਕੇ ਨਾਲ ਖਾਣ ਕਰਕੇ ਬਿਮਾਰ ਨੇ ਅੱਜਕੱਲ 18-18 20 ਵੀ ਸਾਲਾਂ ਦੇ ਜਵਾਨਾਂ ਦੇ ਢਿੱਡ ਬਾਹਰ ਆਏ ਪਏ ਨੇ ਗੁਰੂ ਸਾਹਿਬ ਨੇ ਸਾਨੂੰ ਜੋ ਗੱਲ ਸਿਖਾਈ ਪਹਿਲੀ ਗੱਲ ਉਹ ਇਹੀ ਆ ਅੱਜ ਦੇ ਮੌਕੇ 'ਚ ਕਿ ਪਹਿਲਾਂ ਸਾਨੂੰ ਖਾਣ ਸਿਖਾਇਆ ਜੇ ਖਾਣ ਸਿੱਖੋਂਗੇ ਤਾਂ ਜਿਉਣ ਸਿੱਖੋਂਗੇ ਜਿਹੜੀ ਅਕਬਰ ਪਾਸ਼ਾ ਦੀ ਬਾਦਸ਼ਾਹ ਦੀ ਸਾਖੀ ਆਉਂਦੀ ਹੈ ਗੁਰੂ ਸਾਹਿਬ ਦੇ ਵੇਲੇ 'ਚ ਕਿ ਗੁਰੂ ਸਾਹਿਬ ਨੇ ਪਹਿਲਾਂ ਉਹਨੂੰ ਲੰਗਰ 'ਚ ਬਹਾਇਆ ਮਸਲਾ ਬਰਾਬਰੀ ਦਾ ਨਹੀਂ ਹੈ ਠੀਕ ਇਹ ਦੱਸਣ ਦਾ ਕਿ ਅਸਲ ਜੇ ਬੰਦੇ ਦੀ ਲੋੜ ਕਿੰਨੀ ਕ ਹੈ ਉਹ ਕੀ ਖਾਵੇ ਕਿੰਨਾ ਖਾਵੇ ਕਦੋਂ ਖਾਵੇ ਅੱਜ ਤੁਹਾਡੇ ਪਿੰਡ ਜੂ ਇੱਥੇ ਹੋਣਾ ਉਹ 버ਗਰਾਂ ਟਿੱਕੀਆਂ ਵਾਲੇ ਆਉਂਦੇ ਹੋਣਗੇ ਠੀਕ ਪੰਜਾਬ ਵਿੱਚ ਜਿੱਥੇ ਵਧੀਆ ਅੰਨ ਪੈਦਾ ਹੁੰਦਾ ਹੈ ਜਿੱਥੇ ਤਾਜ਼ਾ ਅੰਨ ਖਾਧਾ ਜਾ ਸਕਦਾ ਹੈ ਅੱਜ ਤਾਜ਼ੇ ਅੰਨ ਤੋਂ ਜ਼ਿਆਦੇ ਪੰਜਾਬ ਚ ਬੇਹਾ ਅੰਨ ਵਿਕਦਾ ਹੈ ਤੁਸੀਂ ਨਿਕਲੋ ਬਾਹਰ ਸਹੀ ਪੰਜਾਬ 'ਚ ਕੋਈ ਸੜਕ ਵੀ 20 ਮੀਲ ਖਾਲੀ ਨਹੀਂ ਹੈ ਜਿੱਥੇ ਬੇਹਾ ਅੰਨ ਨਾ ਮਿਲਦਾ ਹੋਵੇ ਜਿਹਨੂੰ ਅੰਗਰੇਜ਼ੀ ਦੇ ਵਿੱਚ ਲੋਕੀ ਫਾਸਟ ਫੂਡ ਕਹਿੰਦੇ ਨੇ ਖਾਣ ਸਿੱਖਣ ਨਾਲ ਬੰਦਾ ਜਉਣ ਸਿੱਖਦਾ ਤੇ ਸਾਡੇ ਬਜ਼ੁਰਗਾਂ ਨੂੰ ਪਤਾ ਸੀ ਕਿ ਬੇਹਾ ਅੰਨ ਖਾਧਿਆਂ ਬੰਦੇ ਨੂੰ ਕੀ ਹੁੰਦਾ ਜਿਹਨੂੰ ਇਹ ਤੁਸੀਂ ਮੈਂ ਨਾ ਭੁੱਲ ਗਿਆ ਅੰਗਰੇਜ਼ੀ ਦੇ ਵਿੱਚ ਕੀ ਕੀ ਕਹਿੰਦੇ ਆ ਉਹਨਾਂ ਨੂੰ ਉਹ ਪਾਤੀਆਂ ਜਈਆਂ ਜੜੀਆਂ ਹਾਂ ਪੀਜਾ ਉਹ 2 2 3 3 6 6 ਮਹੀਨੇ ਦੀ ਮਿਆਦ ਹੁੰਦੀ ਉਹ ਸਾਟੇ ਦੀ ਤਾਂ ਸਾਡਾ ਜਿਹੜਾ ਅੱਜ ਦਾ ਸਾਡੇ ਸਾਰੇ ਲੋਕਾਂ ਦਾ ਜੀਵਨ ਹੈ ਇਹਦੇ ਚ ਜਿਹੜਾ ਅਸੀਂ ਖਾਣਾ ਅਪਣਾ ਲਿਆ ਉਹ ਸਾਨੂੰ ਸਿੱਖ ਤੇ ਪੰਜਾਬ ਦੇ ਲੋਕ ਤੇ ਪਿੰਡਾਂ ਦੇ ਲੋਕ ਰਹਿਣ ਨਹੀਂ ਦੇਵੇਗਾ ਅੱਜ ਕੱਲ ਲੋਕਾਂ ਦਾ ਪੈਰ ਅੜਕ ਜੇ ਤੇ ਹੱਡੀ ਟੁੱਟ ਜਾਂਦੀ ਹੈ ਗਿੱਟੇ ਦੀ ਜਾਂ ਗੋਡੇ ਦੀ ਉਹ ਵੀ ਖੇਤੀ ਕਰਦਿਆਂ ਦੀ ਕਾਦੇ ਕਰਕੇ ਕਿ ਜਿਹੜਾ ਖਾਨ ਹੈ ਉਹਦੇ ਚ ਨੁਕਸ ਆ ਗਿਆ ਤੇ ਜਿੰਨਾ ਚਿਰ ਖੇਤੀ ਕਰਕੇ ਵੀ ਅਸੀਂ ਆਪ ਦੇ ਖਾਣ ਜੋਗਾ ਨਹੀਂ ਪੈਦਾ ਕਰ ਸਕਦੇ ਤਾਂ ਸਾਡਾ ਜਿਹੜਾ ਦਾਅਵਾ ਹੈ ਕਿ ਅਸੀਂ ਬੰਦੇ ਆ ਅਸੀਂ ਕਿਸਾਨ ਆ ਜਾਂ ਅਸੀਂ ਪਿੰਡ ਵਾਲੇ ਆ ਜਾਂ ਅਸੀਂ ਸਿੱਖ ਆ ਉਹਦੇ ਤੇ ਸਵਾਲ ਹੈ ਮੈਨੂੰ ਮੇਰਾ ਨੇੜੇ ਹੀ ਪਿੰਡ ਇੱਥੇ ਕਿਸੇ ਪਿੰਡ 'ਚ ਇਹੋ ਜਿਹਾ ਨਹੀਂ ਮਿਲਿਆ ਕਿ ਜਿੱਥੇ ਲੋਕ ਸਬਜ਼ੀ ਮੁੱਲ ਨਾ ਲੈਂਦੇ ਹੋਣ ਕਿਸੇ ਵੀ ਪਿੰਡ ਦੀ ਹਾਲਤ ਇੰਨੀ ਵਧੀਆ ਨਹੀਂ ਹੈ ਪੰਜਾਬ 'ਚ ਕਿ ਉਹ ਆਪ ਦੇ ਜੋਗਰੀ ਸਬਜ਼ੀ ਆਪ ਪੈਦਾ ਕਰਦੇ ਹੋਣ ਖਾਣ ਦੇ ਮਸਲੇ ਦੇ ਵਿੱਚ ਚਾਹੇ ਤੁਸੀਂ ਜਿਹੜੀ ਮਰਜ਼ੀ ਪਾਰਟੀ ਦਾ ਝੰਡਾ ਚੱਕੀ ਫਿਰੋ ਚਾਹੇ ਤੁਸੀਂ ਅਣਪੜੋ ਚਾਹੇ ਤੁਸੀਂ ਬੀ ਪੜ ਗਏ ਕੋਈ ਫਰਕ ਨਹੀਂ ਹੈ ਜਿੰਨਾ ਚਿਰ ਇਹ ਦੇਹ ਚੱਲਦੀ ਹੈ ਇਹਨੇ ਅੰਨ ਪਾਣੀ ਦੋ ਵੇਲੇ ਮੰਗਣਾ ਜ਼ਰੂਰ ਜਿੱਥੇ-ਜਿੱਥੇ ਲੋਕ ਆਪਣਾ ਅੰਨ ਪਾਣੀ ਆਪਣੇ ਤਰੀਕੇ ਨਾਲ ਖਾਣਾ ਛੱਡ ਗਏ ਨੇ ਉਹਨਾਂ ਦੀ ਜ਼ਿੰਦਗੀ 'ਚ ਸੁੱਖ ਨਹੀਂ ਆਏਗਾ ਰੁਪਿਆਵਾਂ ਦੇ ਭਾਵੇਂ ਤੁਸੀਂ ਢੇਰ ਲਾ ਲਓ ਜ਼ਿੰਦਗੀ ਸੁਖੀ ਕਦੇ ਨਾ ਹੁੰਦੀ ਹੈ ਜੇ ਮਨ ਨੂੰ ਕੋਈ ਟਿਕਾਹ ਹੈ ਤੇ ਮਨ ਦਾ ਟਿਕਾਹ ਦੋ ਚੀਜ਼ਾਂ ਨਾਲ ਜੁੜਿਆ ਹੋਇਆ ਇੱਕ ਇਹ ਕਿ ਸੂਖਮ ਰੂਪ ਦੇ ਵਿੱਚ ਸਾਡੇ ਕੰਨਾਂ 'ਚ ਕੀ ਪੈਂਦਾ ਹੈ ਸਾਡੇ ਮਨ 'ਚ ਕੀ ਚੱਲਦਾ ਹੈ ਦੂਜਾ ਸਾਡੀ ਦੇਹੀ ਅੰਦਰ ਕੀ ਜਾਂਦਾ ਹੈ ਤੇ ਉਹ ਕਿਹੋ ਜਿਹਾ ਅਸਰ ਕਰਦਾ ਹੈ ਖਾਣੇ ਦੇ ਮਸਲੇ 'ਚ ਇਹ ਇੰਨੀ ਗੱਲ ਤੁਹਾਡੇ ਸਾਹਮਣੇ ਹੈ ਕਿ ਖਾਣ ਪੀਣ ਦਾ ਜਿਹੜਾ ਤਰੀਕਾ ਖਾਸ ਕਰਕੇ ਸਾਡੇ ਬੱਚਿਆਂ ਦਾ ਛੋਟੇ-ਛੋਟਿਆਂ ਦਾ ਤੁਸੀਂ ਕਿਸੇ ਡਾਕਟਰ ਕੋਲ ਜਾਓ 10-10 ਸਾਲ ਦੇ ਜਵਾਕਾਂ ਦੇ ਦੰਦਾਂ ਨੂੰ ਕੀੜਾ ਲੱਗਿਆ ਹੋਇਆ ਹਾਲੇ ਵੀ ਅਸੀਂ ਇਹ ਅੰਦਾਜ਼ਾ ਨਹੀਂ ਕਰਦੇ ਕਿ ਗਲਤੀ ਕਿੱਥੇ ਹੋ ਰਹੀ ਹੈ ਸਰਕਾਰ ਕੀ ਕਰਦੀ ਹੈ ਤੁਹਾਡੇ ਲਈ ਜੀ ਅਸੀਂ ਕੈਂਸਲ ਦਾ ਹਸਪਤਾਲ ਖੋਲ੍ਹ ਦੇਾਂਗੇ ਆਇਦਾ ਖੋਲ੍ਹ ਦੇਾਂਗੇ ਅਸਲੀ ਗੱਲ ਕਿੱਥੇ ਹੈ ਅਸਲੀ ਗੱਲ ਇੱਥੇ ਹੈ ਕਿ ਜੇ ਹਾਕਮ ਦੀ ਨੀਤ ਠੀਕ ਹੋਵੇ ਤਾਂ ਉਹ ਇਸ ਗੱਲ ਤੇ ਆਵੇ ਕਿ ਲੋਕ ਬਿਮਾਰ ਕਿਉਂ ਹੁੰਦੇ ਨੇ ਲੋਕ ਬਿਮਾਰ ਕਿਉਂ ਹੁੰਦੇ ਨੇ ਖਾਣਾ ਪੀਣਾ ਸਹੀ ਨਹੀਂ ਹੈ ਤਾਂ ਲੋਕ ਬਿਮਾਰ ਹੁੰਦੇ ਨੇ ਬਿਮਾਰੀ ਦੀ ਜੜ ਪਟਣੀ ਦਾ ਮਸਲਾ ਹੈ ਦੂਜਾ ਖਾਣ ਤੋਂ ਬਾਅਦ ਹੈ ਪੀਣ ਦਾ ਮਸਲਾ ਬਾਬਰ ਨੇ ਜਿਹੜੀ ਗੱਲ ਲਿਖੀ ਇੱਕ ਉਹ ਕਹਿੰਦਾ ਇੱਥੋਂ ਦੇ ਲੋਕਾਂ ਨੂੰ ਨਾ ਸ਼ਰਾਬ ਨਹੀਂ ਪੀਣੀ ਹੁੰਦੀ ਇਹ ਉਹਨਾਂ ਲਿਖੀ ਹੋਈ ਗੱਲ ਹੈ ਗੁਰੂ ਸਾਹਿਬ ਨੇ ਸਾਨੂੰ ਜੋ ਕਿਹਾ ਅਸੀਂ ਉਹਨਾਂ ਦੀ ਯਾਦ ਮਨਾ ਰਹੇ ਹਾਂ ਗੁਰੂ ਮੰਨ ਕੇ ਤੇ ਬਾਬਰ ਨੂੰ ਅਸੀਂ ਮੰਨਦੇ ਹਾਂ ਹਮਲਾਵਰ ਜ਼ਾਲਮ ਪਰ ਅੱਜ ਪੰਜਾਬ ਦੇ ਕਿੰਨੇ ਪਿੰਡ ਨੇ ਜਿਹੜੇ ਬਾਬਰ ਦੀ ਗੱਲ ਨੂੰ ਨਹੀਂ ਮੰਨ ਰਹੇ ਸਾਡੇ ਪਿੰਡਾਂ 'ਚ ਕਿੰਨੇ ਪਿੰਡ ਐਸੇ ਨੇ ਜਿੱਥੇ ਠੇਕਾ ਨਹੀਂ ਹੈ ਜਿੱਥੇ ਲੋਕ ਸ਼ਰਾਬ ਨਹੀਂ ਪੀਂਦੇ ਤੁਸੀਂ ਵੇਖਿਆ ਹੋਣਾ ਕਿ ਜਿੰਨੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੇ ਉਹ ਚਿੱਟੇ ਦਾ ਬਹੁਤ ਕਹਿੰਦੀਆਂ ਨੇ ਕਿ ਉਹਨੇ ਬਕਾਇਆ ਕਿ ਉਹਨੇ ਬਕਾਇਆ ਚਿੱਟੇ ਨਾਲ ਪੰਜਾਬ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਇਹ ਸਹੀ ਹੈ ਕਿ ਚਿੱਟੇ ਦੇ ਨਾਂ ਤੇ ਜਿਹੜਾ ਨਕਲੀ ਜ਼ਹਿਰ ਵਿਕਦਾ ਉਹਦੇ ਨਾਲ ਸਾਡੇ ਮੁੰਡੇ ਮਰ ਰਹੇ ਨੇ ਪਰ ਵੱਡਾ ਸੱਚ ਕੀ ਹੈ ਵੱਡਾ ਸੱਚ ਇਹ ਕਿ ਸਭ ਤੋਂ ਵੱਧ ਲੋਕੀ ਸਾਡੇ ਕਾਹਦੇ ਨਾਲ ਮਰਦੇ ਨੇ ਜੀ ਨਸ਼ੇ ਵਜੋਂ ਸ਼ਰਾਬ ਨਾਲ ਮਰਦੇ ਨੇ ਕੱਲੇ ਪੰਜਾਬ 'ਚ ਨਹੀਂ ਪੂਰੀ ਦੁਨੀਆ 'ਚ ਸਭ ਤੋਂ ਵੱਧ ਲੋਕ ਜਿਹੜੇ ਨਸ਼ੇ ਨਾਲ ਮਰਦੇ ਨੇ ਉਹ ਸ਼ਰਾਬ ਦਾ ਨਸ਼ਾ ਹੈ ਤੇ ਤੁਸੀਂ ਇਹ ਵੀ ਦੇਖੋ ਕਿ ਲੋਕਾਂ ਨੂੰ ਕਿਹੜੀ ਗੱਲ ਪਤਾ ਲੱਗੇ ਤੇ ਕਿਹੜੀ ਨਾ ਲੱਗੇ ਇਹਦਾ ਪਤਾ ਇਥੋਂ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਕਿੰਨੇ ਗੀਤ ਸ਼ਰਾਬ ਦੀ ਸੋਭਾ ਕਰਦੇ ਆ ਪੰਜਾਬ ਵਿੱਚ ਕਿੰਨੇ ਗੀਤ ਵਜਦੇ ਨੇ ਜਿਹੜੇ ਸ਼ਰਾਬ ਦੀ ਸੋਭਾ ਕਰਦੇ ਨੇ ਇਹ ਕੱਦਾ ਨਹੀਂ ਹੈ ਕਈ ਸੌ ਗੀਤ ਹੈ ਔਰ ਉਹ ਬੰਦੇ ਵਜਾਉਂਦੇ ਜਿਹੜੇ ਇਹ ਦਾਵਾ ਕਰਦੇ ਅਸੀਂ ਗੁਰੂ ਨਾਨਕ ਨੂੰ ਗੁਰੂ ਮੰਨਦੇ ਦੁਨੀਆ 'ਚ ਜਿੱਥੇ-ਜਿੱਥੇ ਵੀ ਲੋਕਾਂ ਨੇ ਨਸ਼ੇ ਦੀ ਐਨੀ ਉਪਮਾ ਕੀਤੀ ਐ ਥੋੜਾ ਹੀ ਹੋਣਗੇ ਜੀ ਜਿੱਥੇ-ਜਿੱਥੇ ਲੋਕ ਨਸ਼ੇ ਦੀ ਉਪਮਾ ਕਰਕੇ ਨੱਚਦੇ ਨੇ ਤੇ ਉਹਨਾਂ ਦੀ ਬਦਕਿਸਮਤੀ ਲਈ ਕੌਣ ਜ਼ਿੰਮੇਵਾਰ ਹੈ ਆਪ ਵੀ ਤਾਂ ਹਨ ਨਾ ਜੀ ਸਾਡੇ ਖੁਸ਼ੀ ਦੇ ਨਾਂ ਤੇ ਨਸ਼ੇ ਦੀ ਸੋਭਾ ਹੁੰਦੀ ਹੈ ਖੁਸ਼ੀ ਦੇ ਨਾਂ ਤੇ ਨਸ਼ਾ ਵਰਤਦਾ ਚੌਣਾ ਦੇ ਨਾਂ ਤੇ ਨਸ਼ਾ ਵਰਤਦਾ ਕਿਸੇ ਨੇ ਘਰ ਪਾਲਿਆ ਉਹ ਵੀ ਸ਼ਰਾਬ ਪੌਣਗੇ ਮੁੰਡੇ ਕੁੜੀ ਦਾ ਵਿਆਹ ਹੈ ਉੱਥੇ ਵੀ ਸ਼ਰਾਬ ਹੈ ਦੇਖਣ ਵਾਲਾ ਸਵਾਲ ਇਹ ਹੈ ਕਿ ਇੰਨੀ ਇੱਛਾ ਸਾਡੇ ਲੋਕਾਂ ਦੀ ਕਿਉਂ ਹੈ ਕਿ ਉਹ ਨਸ਼ਾ ਕਰਨ ਤੇ ਨਸ਼ੇ ਦੀ ਉਪਮਾ ਕਰਨ ਜੇ ਇੱਕ ਅੱਧਾ ਬੰਦਾ ਨਸ਼ਾ ਕਰਦਾ ਹੋਵੇ ਤਾਂ ਮੰਨ ਲਈਏ ਬੰਦੇ ਦਾ ਭੈੜਾ ਹੈ ਘਰ ਘਰ ਇਹੋ ਜਿਹੇ ਬੰਦੇ ਨੇ ਜਿਹੜੇ ਖੁਸ਼ ਹੁੰਦੇ ਨੇ ਇਤੋਂ ਤੱਕ ਮੈਂ ਬੜੇ ਲੋਕਾਂ ਨੂੰ ਜਾਣਦਾ ਕਿ ਜਿਨ੍ਹਾਂ ਨੇ ਮੂਹਰੇ ਬਹਿ ਕੇ ਕਿਹਾ ਨਹੀਂ ਇਹਦੇ 'ਚ ਕੀ ਭੈੜਾ ਹੈ ਉਹਦੇ ਹੱਕ 'ਚ ਜਾਂਦੇ ਆ ਦਾਰੂ ਦੇ 'ਚ ਹੋਰ ਬੇਅਣਖੀ ਕੀ ਹੁੰਦੀ ਹੈ ਜਦੋਂ ਕੋਈ ਬੰਦਾ ਗਲਤ ਚੀਜ਼ ਦੇ ਹੱਕ 'ਚ ਬੋਲੇ ਇਹ ਬੇਸ਼ਰਮੀ ਦੀ ਸਿਖਰ ਹੁੰਦੀ ਹੈ ਤੇ ਹੁਣ ਪੰਜਾਬ ਦੇ ਵਿੱਚ ਸਭ ਤੋਂ ਮਸ਼ਹੂਰ ਗਵਈਏ ਉਹੀ ਨੇ ਜਿਹੜੇ दारू ਦੀ ਸ਼ੋਭਾ ਕਰਦੇ ਆ ਸਭ ਤੋਂ ਮਹਿੰਗੇ ਉਹੀ ਵਿਕਦੇ ਨੇ ਖਾੜੇ ਲਾਉਣ ਵਾਸਤੇ ਤਾਂ ਇਹ ਜਿਹੜਾ ਖਾਣ ਤੇ ਪੀਣ ਦੇ ਮਸਲੇ 'ਚ ਸਾਡਾ ਦਿਮਾਗ ਕੰਮ ਕਰਦਾ ਹੈ ਇਹੀ ਸਰਕਾਰ ਦੀ ਇੱਛਾ ਹੁੰਦੀ ਹੈ ਕਿ ਉਹਨਾਂ ਦੇ ਲੋਕ ਉਹਦੀ ਜਿਹੜੀ ਪਰਜ ਹੈ ਉਹ ਕਿਵੇਂ ਕਾਬੂ ਰਹੇ ਹਰ ਰਾਜਾ ਆਪਣਾ ਇੱਕ ਤਰੀਕਾ ਘੜਦਾ ਹੈ ਕਿ ਲੋਕਾਂ ਨਾਲ ਕਿਵੇਂ ਦਾ ਵਰਤੋਅ ਕੀਤਾ ਜਾਵੇ ਜਿੱਥੇ ਵੀ ਨਸ਼ੇ ਨੂੰ ਸਰਕਾਰ ਦੀ ਪ੍ਰਵਾਨਗੀ ਹੈ ਉਹ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਹੀ ਚਾਹੁੰਦੀ ਕਿ ਲੋਕ ਬਿਮਾਰ ਰਹਿਣ ਸਰਕਾਰ ਚਾਹੁੰਦੀ ਕਿ ਲੋਕ ਅਣਪੜ ਅਣਜਾਣ ਰਹਿਣ ਉਹਨਾਂ ਨੂੰ ਪਤਾ ਨਾ ਲੱਗੇ ਜਿਹੜੇ ਬੰਦੇ ਨਸ਼ਾ ਕਰਦੇ ਨੇ ਉਹ ਵੀ ਦੱਸ ਸਕਦੇ ਨੇ ਕਿ ਉਹ ਕਿਉਂ ਕਰਦੇ ਨੇ ਇਸੇ ਲਈ ਕਿ ਮੈਨੂੰ ਕੁਝ ਪਤਾ ਨਾ ਲੱਗੇ ਤੇ ਜਿਹੜਾ ਮੈਨੂੰ ਪਤਾ ਉਹ ਵੀ ਮੈਂ ਭੁੱਲ ਜਾਵਾਂ ਲੋਕ ਇਸ ਲਈ ਟੱਲੀ ਹੁੰਦੀ ਹੈ ਨਾ ਜੀ ਬਾਣੀ 'ਚ ਲਿਖੀ ਹੋਈ ਗੱਲ ਹੈ ਕਿ ਆਪਣਾ ਪਰਾਇਆ ਨਾ ਪਛਾਣ ਈ ਜਿਹੜਾ ਨਸ਼ੇ ਕਰਨ ਵਾਲਾ ਹੈ ਖਾਸ ਕਰਕੇ दारू ਪੀਣ ਵਾਲਾ ਬੰਦਾ ਉਹ ਆਪਣੇ ਪਰਾਏ ਦੀ ਪਛਾਣ ਭੁੱਲ ਜਾਂਦਾ ਹੈ ਤੇ ਸਰਕਾਰਾਂ ਵੀ ਖੁਦ ਚਾਉਂਦੀਆਂ ਨੇ ਕਿ ਲੋਕਾਂ ਨੂੰ ਪਛਾਣ ਹੀ ਨਾ ਰਹਿ ਕੇ ਉਹ ਕੌਣ ਨੇ ਹੁਣ ਇਹਦਾ ਇੱਕ ਅਗਲਾ ਹਿੱਸਾ ਹੈ ਜਿਹੜੇ ਗੁਰੂ ਨਾਨਕ ਦੇ ਨਾਮ ਨੂੰ ਮੰਨਦੇ ਸੀ ਧਿਉਂਦੇ ਸੀ ਉਹਨਾਂ ਨੇ ਬਣਾਇਆ ਇਤਿਹਾਸ ਉਹਨਾਂ ਦੀ ਬਣੀ ਅਰਦਾਸ ਕਿ ਜਿਨ੍ਹਾਂ ਨੇ ਬੰਦ-ਬੰਦ ਕਟਾਏ ਜਿਨ੍ਹਾਂ ਨੇ ਖੋਪਰੀਆਂ ਲਹਾਈਆਂ ਉਹਨੇ ਸ਼ਹੀਦ ਤੇ ਸੂਰਮੇ ਅੱਜ ਜੋ ਪਿਛਲੇ 20-25 ਸਾਲਾਂ ਚ ਖਾਸ ਕਰਕੇ ਜਿੰਨੇ ਗੀਤ বাজਦੇ ਨੇ ਉਹ ਸਾਰੇ ਬਦਮਾਸ਼ੀ ਦੇ ਨੇ ਕਿ ਅਸੀਂ ਬੰਦਾ ਮਾਰ ਦਿੰਨੇ ਹੁੰਨੇ ਆ ਅਸੀਂ ਬੰਦਾ ਮਾਰ ਦਿੰਨੇ ਹੁੰਨੇ ਆ ਮੈਂ ਨਸ਼ੇ ਕਰਦਾ ਮੈਂ ਇੰਨੀ ਪੀ ਜਾਂਦਾ ਮੈਂ ਬਿਨਾ ਪਾਣੀ ਪਾਇਆ ਪੀ ਜਾਂਦਾ ਅਸੀਂ ਢੋਲ ਖਾਲੀ ਕਰ ਦਿੰਨੇ ਆ ਇਹ ਜਿਹੜਾ ਸੂਖਮ ਖਰਾਕ ਹੈ ਨਿੱਕੇ ਨਿੱਕੇ ਬੱਚਿਆਂ ਦੇ ਮਾਵਾ ਪੈਣਾ ਦੇ ਕੰਨਾਂ 'ਚ ਪੈਂਦੀ ਐ ਇਹ ਦੂਜਾ ਪੱਖ ਹੈ ਪਹਿਲਾ ਪੱਖ ਖਾਣੇ ਦਾ ਸੀ ਦੂਜਾ ਗਾਣੇ ਦਾ ਹੈ ਦੁਨੀਆਂ 'ਚ ਜਿੰਨਾ ਲੋਕਾਂ ਨੇ ਇਤਿਹਾਸ ਲਿਖਿਆ ਉਹਨਾਂ ਨੇ ਇਹ ਗੱਲ ਵੇਖੀ ਐ ਕਿ ਕਿਸੇ ਥਾਂ ਦਾ ਜਦੋਂ ਰਾਜ ਖੁਸਿਆ ਕਿਸੇ ਦਾ ਤਾਂ ਉੱਥੇ ਨਸ਼ਾ ਜ਼ਰੂਰ ਸੀ ਉੱਥੇ ਨਾਚ ਗਾਣਾ ਜ਼ਰੂਰ ਸੀ ਨਾਚ ਗਾਣਿਆਂ ਨਾਲ ਨਸ਼ੇ ਨਾਲ ਵੱਡੀਆਂ-ਵੱਡੀਆਂ ਬਾਦਸ਼ਾਹੀਆਂ ਕਰਕਦੀਆਂ ਨੇ ਜਿੱਸੇ-ਜਿੱਸੇ ਵੀ ਮੁਲਕ ਦੇ ਉੱਤੇ ਦੂਜੀਆਂ ਮੁਲਕਾਂ ਨੇ ਕਬਜ਼ਾ ਕੀਤਾ ਉਹਨਾਂ ਨੇ ਉੱਥੇ-ਉੱਥੇ ਨਸ਼ਾ ਵਰਤਾਇਆ ਪੰਜਾਬ ਦੇ ਵਿੱਚ ਤੁਹਾਡੇ ਸਾਹਮਣੇ ਗਵਾਹੀ ਹੈ ਕਿ ਜਦੋਂ ਖਾੜਕੂ ਲਹਿਰ ਨੂੰ ਖਤਮ ਕੀਤਾ ਪੰਜਾਬ ਪੁਲਿਸ ਨੇ ਖਾੜੇ ਲਵਾਏ ਉੱਤੇ ਸ਼ਰਾਬ ਲੋਕਾਂ ਨੂੰ ਵਰਤਾਈ ਲੰਗਰ 'ਚੋਂ ਕਾਦੇ ਆਸਤੇ ਕਿ ਲੋਕਾਂ ਨੂੰ ਇਹ ਗੱਲ ਯਾਦ ਨਾ ਰਵੇ ਕਿ ਉਹਨਾਂ ਦੇ ਮੁੰਡੇ ਕਿਉਂ ਮਾਰੇ ਗਏ ਕਾਦੀਆ ਵਾਸਤੇ ਮਰ ਗਏ ਹੁਣ ਵੀ ਰੌਲਾ ਹੁੰਦਾ ਬੰਦੀ ਸਿੰਘਾਂ ਨੂੰ ਰਿਹਾ ਕਰੋ ਜਿਹੜੀ ਗੱਲ ਲਈ ਬੰਦੀ ਹੋ ਗਏ ਸੀ ਉਹ ਕਿੱਥੇ ਐ ਉਹ ਜਿਹੜੀ ਗੱਲ ਕਰਕੇ ਉਹ ਬੰਦੀ ਹੋ ਗਏ ਸੀ ਉਹ ਕਿੱਥੇ ਗਈ ਇਹ ਸਰਕਾਰ ਦਾ ਇੱਕ ਤਰੀਕਾ ਹੁੰਦਾ ਦੁਨੀਆ 'ਚ ਕਿ ਲੋਕਾਂ ਨੂੰ ਗੱਲ ਭੁੱਲ ਜਾਵੇ ਯਾਦ ਨਾ ਰਵੇ ਲੋਕਾਂ ਨੂੰ ਗੱਲ ਯਾਦ ਨਾ ਰਵੇ ਉਹਦੇ ਲਈ ਦੋ ਹੀ ਰਾਹ ਨੇ ਕਿ ਉਹਦਾ ਖਾਣਾ ਪੀਣਾ ਬਦਲੋ ਉਹਨਾਂ ਦਾ ਉਹਨਾਂ ਦਾ ਸੁਣਨਾ ਬੋਲਣ ਬਦਲ ਦੋ ਜਿਹੜੀ ਸੁਰਤ ਹੈ ਬੰਦੇ ਦੀ ਇਹ ਸ਼ਬਦ ਨਾਲ ਵੱਜੀ ਹੋਈ ਹੈ ਜਿਹੜੀ ਦੇਹ ਹੈ ਬੰਦੇ ਦੀ ਇਹ ਭੋਜਨ ਨਾਲ ਵੱਧੀ ਹੋਈ ਆ ਬੰਦਿਆਂ ਦਾ ਭੋਜਨ ਬਦਲੋ ਬੰਦਾ ਕ ਜਦੋਂ ਘੋੜਾ ਬਣ ਜਾਂਦਾ ਬੰਦਿਆਂ ਦਾ ਸ਼ਬਦ ਬਦਲੋ ਬੰਦਿਆਂ ਦਾ ਸੁਣਨ ਬਦਲੋ ਬੰਦਾ ਬਦਲ ਜਾਂਦਾ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਯਾਦ ਕਰਨਾ ਹੈ ਤੇ ਇਹ ਦੋ ਹੀ ਗੱਲਾਂ ਨੇ ਕਿ ਬਾਬੇ ਨੇ ਸ਼ਬਦ ਨੂੰ ਗੁਰੂ ਕਿਹਾ ਗੁਰੂ ਸਾਹਿਬ ਜਦੋਂ ਦੁਨੀਆ ਤਾਰ ਨਿਕਲੇ ਤਾਂ ਉਹਨਾਂ ਦੇ ਨਾਲ ਸਿਰਫ ਇੱਕ ਬੰਦਾ ਭਾਈ ਮਰਦਾਨਾ ਉਹ ਕਿਉਂ ਸੰਗੀਤ ਕਰਕੇ ਅੱਜ ਕੱਲ੍ਹ ਕਈ ਫਿਲਮਾਂ ਵਾਲੇ ਭਾਈ ਕਈ ਗਾਉਣ ਵਾਲੇ ਭਾਈ ਕਹਿੰਦੇ ਨੇ ਗਾਣਾ ਤਾਂ ਜੀ ਐਵੇਂ ਮਨ ਦਾ ਪਰਚਾਵਾ ਹੁੰਦਾ ਹੈ ਇਹਦਾ ਲੋਕਾਂ ਤੇ ਥੋੜੀ ਅਸਰ ਪੈਂਦਾ ਗੁਰੂ ਨੇ ਬਾਣੀ ਸੰਗੀਤ ਨਾਲ ਰਾਗ ਨਾਲ ਆਖੇ ਸੰਗੀਤ ਦਾ ਧੁਨ ਦਾ ਅਸਰ ਸ਼ਬਦਾਂ ਤੋਂ ਵੀ ਪਾਰ ਫੈਲਦਾ ਜਿਨ੍ਹਾਂ ਨੂੰ ਪੰਜਾਬੀ ਨਹੀਂ ਆਉਂਦੀ ਉਹ ਵੀ ਪੰਜਾਬੀ ਗੀਤ ਵਜਾਉਂਦੇ ਨੇ ਜਿੰਨਾ ਅਸਰ ਸੰਗੀਤ ਦਾ ਪੈਂਦਾ ਹੈ ਹੋਰ ਬੰਦੇ ਕੋਲੇ ਕੋਈ ਕਲਾ ਹੀ ਨਹੀਂ ਹੈ ਨਹੀਂ ਸੰਗੀਤ ਦਾ ਅਸਰ ਪੱਥਰਾਂ ਦੇ ਉੱਤੇ ਸੀਸਿਆਂ ਦੇ ਉੱਤੇ ਰੁੱਖਾਂ ਦੇ ਉੱਤੇ ਪੰਛੀਆਂ ਦੇ ਉੱਤੇ ਸਾਰੀ ਕਾਇਨਾਤ ਦੇ ਉੱਤੇ ਸੰਗੀਤ ਦਾ ਅਸਰ ਪੈਂਦਾ ਤੇ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੂੰ ਨਾਲ ਲੈ ਕੇ ਨਿਕਲੇ ਸੰਗੀਤ ਨਾਲ ਗੁਰੂ ਗੰਦ ਸਾਹਿਬ ਦੇ ਵਿੱਚ ਬਾਣੀ ਰਾਗਾਂ ਦੇ ਵਿੱਚ ਦਰਜ ਹੈ ਤੇ ਜੇ ਪੰਜਾਬ ਵਿੱਚ ਕੋਈ ਇਹ ਬੰਦਾ ਆਖੇ ਕਿ ਗੀਤ ਦਾ ਅਸਰ ਨਹੀਂ ਪੈਂਦਾ ਇਹ ਨਹੀਂ ਹੋ ਸਕਦਾ ਕਿ ਤੁਹਾਨੂੰ ਇੰਨੀ ਗੱਲ ਵੀ ਸਮਝ ਨਾ ਆਵੇ ਕਿ ਤੁਸੀਂ ਗਾਉਣ ਵਜਾਉਣ ਦਾ ਕੰਮ ਕਰਦੇ ਹੋ ਤੇ ਆਖੋ ਇਹ ਕਿ ਗਾਉਣ ਵਜਾਉਣ ਦਾ ਅਸਰ ਨਹੀਂ ਪੈਂਦਾ ਫਿਰ ਗਾਉਣ ਬਜਾਉਣ ਨੂੰ ਵੀ ਕਿਹੜਾ ਕਰੂੰ ਜਿਹੜਾ ਖਾਣ ਪੀਣ ਸਾਡੇ ਮਨਾਂ ਹੈ ਉਸੇ ਖਾਣ ਪੀਣ ਦਾ ਉਹਦਾ ਗੌਗਾ ਗਾਓ ਉਹਦਾ ਖਾਸ ਕਰਕੇ दारू ਦਾ ਸਾਡੇ ਇੱਥੇ ਆਪਣਾ ਸੀਸ ਭੇਡ ਕਰਨ ਦੀ ਦੇਣ ਦੀ ਪਰੰਪਰਾ ਹੈ ਉਹਦੀ ਮਾਨਤਾ ਹੈ ਪੰਜ ਪਿਆਰਾਂ ਤੋਂ ਲੈ ਕੇ ਵੀ ਦੁਨੀਆਂ ਨੂੰ ਉਹੀ ਮਾਰ ਦਾਂਗੇ ਅਸੀਂ ਆਪਦੀ ਟੈਂਕ ਕਰਕੇ ਇਦਾਂ ਦਾ ਕੁਝ ਨਹੀਂ ਹੈ ਕਿਤੇ ਵੀ ਨਾ ਇਤਿਹਾਸ ਸੀਗਾ ਨਾ ਹੁਣ ਹੈ ਨਾ ਗਾਹਾਂ ਨੂੰ ਹੋਵੇ ਅਣਖ ਹੋਰ ਚੀਜ਼ ਐ ਹੰਕਾਰ ਹੋਰ ਚੀਜ਼ ਐ ਸਾਡੇ ਧੀਆਂ ਪੁੱਤਾਂ ਨੂੰ ਜਿੰਨਾ ਗੀਤ ਸੁਣਾਇਆ ਜਾ ਰਿਹਾ ਨਿਰਈ ਹੰਕਾਰ ਐ ਕਿ ਮੇਰੇ ਕੋਲ ਗੱਡੀ ਵੱਡੀ ਐ ਮੈਂ दारू ਬਹੁਤ ਪੀਂਦਾ ਮੇਰੇ ਕੋਲ ਪਿਸਤੌਲ ਵੱਡੇ ਨੇ ਮੇਰੇ ਕੋਲ ਪੈਸਾ ਵੱਧਾ ਐ ਮੇਰੇ ਪਿੱਛੇ ਬੰਦੇ ਬਹੁਤ ਨੇ ਭਾਈ ਇਹਨਾਂ ਗੱਲਾਂ ਦਾ ਕੀ ਮਾਨ ਐ ਸਵੀਆਂ ਦੀ ਬਾਣੀ ਰੋਜ਼ ਪੜੀਦਾ ਐ ਕਿ ਜਿਨ੍ਹਾਂ ਦੇ ਸਾਹਮਣੇ ਰਾਜਾਂ ਦੀਆਂ ਕਤਾਰਾਂ ਨਹੀਂ ਆਉਂਦੀਆਂ ਨੇ ਉਹਨਾਂ ਦਾ ਵੀ ਕੋਈ ਮਾਨਾ ਨਹੀਂ ਹੈ। ਪੂਤ ਆਪੇ ਵੇਖੇਪੂ ਮਾਨ ਕੇ ਪੂਪਤ। ਠੀਕ ਹੈ ਨਾ? ਅਸੀਂ ਖਾਣੇ ਨੂੰ ਗਾਣੇ ਨੂੰ ਜਿੰਨੀ ਗਲਤ ਤਰੀਕੇ ਨਾਲ ਪ੍ਰਵਾਨਗੀ ਦਿੱਤੀ ਹੋਈ ਹੈ ਉਹ ਸਾਡੇ ਧੀਆਂ ਪੁੱਤਾਂ ਦੀ ਕਿਸਮਤ ਹੈ। ਇਹਦੇ 'ਚ ਜਿੰਨਾ ਅਸੀਂ ਆਪ ਕਰ ਸਕਦੇ ਆ ਉਹ ਦੇਖਣ ਵਾਲੀ ਗੱਲ ਹੈ ਜਿੱਦੇ ਕੋਈ ਸਰਕਾਰ ਟੰਗੜਾਊਗੀ ਉਹ ਅਗਲਾ ਮਸਲਾ ਪਰ ਘੱਟੋ-ਘੱਟ ਬੱਚੇ ਸਾਡੇ ਕੀ ਸੁਣਨ ਚਲੋ ਜਵਾਨ ਹੋਗੇ ਤੁਹਾਡੇ ਕਾਬੂ ਨਹੀਂ ਰਹਿਣਗੇ ਜਿਹੜੇ ਜਮ੍ਹਾਂ ਛੋਟੇ ਨੇ ਉਹਨਾਂ ਨੂੰ ਤੇ ਬਚਾ ਸਕਦੇ ਉਹਨਾਂ ਨੂੰ ਉਹ ਸ਼ਬਦ ਸੁਣਾਈਏ ਜਿਹੜਾ ਗੁਰੂ ਦਾ ਹੈ ਜਿਹੜਾ ਸਾਡੇ ਇਤਿਹਾਸ ਦਾ ਹੈ ਮਨ ਦੇ ਵਿੱਚ ਜਿਹੜੀ ਸੂਖਮ ਖਰਾਕ ਜਾਣੀ ਹੈ ਉਹ ਸਹੀ ਦੇ ਲਈਏ ਤੇ ਜਿਹੜੀ ਦੇਹਾਂ ਨੂੰ ਖਰਾਕ ਜਾਣੀ ਐ ਉਹ ਵੀ ਸਹੀ ਦੇ ਲਈਏ ਮੈਂ ਇੰਨੀ ਬੇਨਤੀ ਵਾਸਤੇ ਤੁਹਾਡੇ ਸਾਹਮਣੇ ਖੜਾ ਹੋਇਆ ਕਿ ਅੱਜ ਕੱਲ ਇਹ ਰਿਵਾਜ ਹੋ ਗਿਆ ਕਿ ਚੋਣਾ ਨੇ ਐਸਾ ਸਾਡੇ ਲੋਕਾਂ ਨੂੰ ਮਰਦੇ ਕੀਤਾ ਕਿ ਦੂਜੇ ਦੇ ਮੂਮੰਚਾ ਕੀ ਜਾਂਦੇ ਆ ਕਿ ਆ ਸਰਕਾਰ ਆਊਗੀ ਤਾਂ ਪਲਾਹ ਹੋ ਆ ਸਰਕਾਰ ਆਊ ਤਾਂ ਪਲਾਹ ਹੋ ਭਾਈ ਦਾਵਾ ਗੁਰੂ ਦੇ ਸਿੱਖ ਹੋਣ ਦਾ ਕਿ ਆਪਣ ਹੱਥੀ ਆਪਣਾ ਤੇ ਝਾਕਣਾ ਕਿਸੇ ਦੇ ਮੂੰਹ ਬੰਨੀ ਜਿਹੜਾ ਸਾਡੀਆਂ ਚੋਰ ਪਰਚੀਆਂ ਨਾ ਬਣਿਆ ਉਹ ਕਾਹਦਾ ਰਾਜਾ ਠੀਕ ਰਾਜ ਇਹਦੀ ਉਤਮਤਾ ਉਹਦੇ ਗੁਣ ਨਾਲ ਹੁੰਦੀ ਗੁਰੂ ਦੇ ਘਰ ਚ ਅਸੀਂ ਕਿਹਨੂੰ ਦਿੰਦੇ ਹਾਂ ਥਾਪੜਾ ਵੀ ਫਲਾਨਾ ਬੰਦਾ ਬਹੁਤ ਸੇਵਾ ਕਰਦਾ ਹੈ ਭਾਈ ਇਹਨੂੰ ਸੇਵਾ ਸੰਭਾਓ ਇਹੀ ਤਰੀਕਾ ਹੁੰਦਾ ਹੈ ਜ਼ਿੰਮੇਵਾਰ ਬੰਦਾ ਚੁਣਨ ਦਾ ਨਾ ਕਿ ਜਿਹੜਾ ਆ ਕੇ ਇੱਥੇ ਗੱਪ ਬੋਲ ਦੇ ਵੀ ਬਾਈ ਨੇ ਬਹੁਤ ਵਧੀਆ ਗੱਲਾਂ ਕੀਤੀਆਂ ਗੱਲਾਂ ਨਹੀਂ ਵਿਕਦੀਆਂ ਜ਼ਿੰਦਗੀ 'ਚ ਅਮਲ ਵਿਕਦਾ ਗੱਲਾਂ ਵਾਲਿਆਂ ਦੇ ਪਿੱਛੇ ਲੱਗ ਕੇ ਸਾਡੇ ਲੋਕ ਬਹੁਤ ਖੁਆਰ ਹੋ ਗਏ ਨੇ ਪਰ ਹੁਣ ਜੇ ਹੋਰ ਖੁਆਰੀ ਹੈ ਤਾਂ ਉਹਦੇ ਲਈ ਅਗਲੇ ਤਾਂ ਜ਼ਿੰਮੇਦਾਰ ਹਣ ਪਰ ਅਸੀਂ ਵੀ ਜ਼ਿੰਮੇਦਾਰ ਹਾਂ ਜੇ ਪਿੰਡ ਦੇ ਬੰਦਿਆਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਸਾਡੇ ਪਿੰਡ 'ਚ ਕੌਣ ਬੰਦਾ ਪਿੰਡ ਦਾ ਭਲਾ ਕਰ ਸਕਦਾ ਤਾਂ ਭਾਈ ਸਰਕਾਰ ਕਿਵੇਂ ਕਰੂਗੀ ਕੋਈ ਦਿੱਲੀ ਬੈਠਾ ਬੰਦਾ ਇਹ ਕਹਿੰਦਾ ਕਿ ਫਲਾਣਾ ਬੰਦਾ ਇਥੋਂ ਐਮਐਲਏ ਬਣੂ ਤੁਹਾਡਾ ਜੀ ਅਸੀਂ ਮੂੰਹ ਚੱਕ ਕੇ ਤੁਰ ਪੈ ਜਮਗਰ ਠੀਕ ਆ ਜੀ ਐਸ ਵਾਰੀ ਫਲਾਣਾ ਬਣੂਗਾ ਉਹ ਜਿਨ੍ਹਾਂ ਦਾ ਉਹਨੇ ਆਗੂ ਬਣਨਾ ਹੈ ਉਹਨਾਂ ਨੂੰ ਕੋਈ ਪੁੱਛਣ ਆਇਆ ਆਪ ਦਾ ਖਾਣਾ ਆਪ ਦਾ ਸੁਣਨਾ ਆਪ ਦਾ ਫੈਸਲਾ ਤਾਂ ਹੀ ਬੰਦਾ ਬੰਦਾ ਹੈ ਡੰਗਰ ਵੀ ਚੀਜ਼ ਨੂੰ ਪਸੰਦ ਨਾ ਪਸੰਦ ਕਰਕੇ ਖਾਂਦਾ ਹੈ ਪਰ ਸਾਡੇ ਲੋਕਾਂ ਦੀ ਹਾਲਤ ਇਹ ਹੋ ਗਈ ਹੈ ਕਿ ਜੋ ਸਾਹਮਣੇ ਪਰੋਸੀ ਜਾਂਦੇ ਨੇ ਅਸੀਂ ਉਹੀ ਸੁਣੀ ਜਾਂਦੇ ਆ ਉਹੀ ਖਾਈ ਜਾਂਦੇ ਆ ਇੱਕ ਮਿਸਾਲ ਛੋਟੀ ਜੀ ਕਿ 20 30 ਸਾਲਾਂ ਚ ਇੱਕ ਨਾ ਉਹ ਪੀਣ ਵਾਲਾ ਵਿਕਦਾ ਹੈ ਉਹ ਕੋਕਾ ਕੋਲਾ ਤੁਸੀਂ ਵੇਖਿਆ ਹੋਣਾ ਉਹਦੀ ਹਰ ਦੋਵਾਂ ਚੌਹਾਂ ਸਾਲਾਂ ਬਾਅਦ ਉਹਦੀ ਮਸ਼ਹੂਰੀ ਬਦਲ ਜਾਂਦੀ ਹੈ ਤੇ ਜੇ ਬੰਦਿਆਂ ਨੂੰ ਪੁੱਛੋ ਵੀ ਉਹਦੇ ਚ ਹੈ ਕੀ ਹੈ ਇੱਕ ਗਲਾਸ ਪਾਣੀ ਦੇ ਵਿੱਚ 8-9 ਚਮਚੇ ਖੰਡ ਦੇ ਨੇ ਤੁਸੀਂ ਊ ਪਿਓ ਜੇ ਪਾ ਕੇ ਉਲਟੀ ਆ ਜਾਊਗੀ ਉਹਨਾਂ ਨੇ ਇੱਕ ਤਰੀਕਾ ਕੱਢਿਆ ਹੋਇਆ ਕਿ ਬੰਦੇ ਨੂੰ ਸਵਾਦ ਵੱਧ ਲੱਗਦੀ ਹੈ ਤੇ ਸਵਾਦ ਕਰਕੇ ਲੋਕੀ ਉਹਨੂੰ ਪੀਂਦੇ ਨੇ ਤਾਂ ਸਵਾਦ ਆ ਜਿਹੜਾ ਗੁਰੂ ਸਾਹਿਬ ਨੇ ਇਹਦੇ ਬਾਰੇ ਉਹਦੇ ਹੀ ਕਿਹਾ ਕਿ ਜੇ ਤੁਹਾਨੂੰ ਰੱਬ ਦੇ ਨਾਮ ਦਾ ਸਵਾਦ ਨਹੀਂ ਲੱਗਿਆ ਤੇ ਜ਼ਿੰਦਗੀ 'ਚ ਸ਼ਾਂਤੀ ਨਹੀਂ ਹੋਣੀ ਹਰ ਸਰਕਾਰ ਇਹ ਜਾਣਦੀ ਹੁੰਦੀ ਹੈ ਕਿ ਲੋਕਾਂ ਨੂੰ ਕਿਹੜੇ ਸਵਾਲ ਤੇ ਲਾਇਆ ਜਾਵੇ ਸਭ ਤੋਂ ਵੱਡਾ ਸਵਾਲ ਬੰਦੇ ਦਾ ਕੰਨਾਂ ਦਾ ਹੈ ਬੰਦਾ ਜੰਮਣ ਤੋਂ ਪਹਿਲਾਂ ਮਾਂ ਦੇ ਗਰਭ 'ਚ ਹੀ ਸੁਣਨ ਲੱਗ ਜਾਂਦਾ ਹੈ ਦਿਨੇ ਵੀ ਰਾਤੀਂ ਵੀ ਜੇ ਬੰਦਾ ਬੇਹੋਸ਼ ਹੋ ਜੇ ਉਹ ਬੋਲ ਨਹੀਂ ਸਕਦਾ ਪਰ ਸੁਣਦਾ ਜ਼ਰੂਰ ਰਹਿੰਦਾ ਹੈ ਇਸ ਕਰਕੇ ਅਸੀਂ ਆਪਣੀ ਜ਼ਿੰਦਗੀ 'ਚ ਢੇਲਾ ਪਰ ਵੀ ਸ਼ਾਂਤੀ ਚਾਹੁੰਨੇ ਆ ਤਾਂ ਇਹ ਗੱਲ ਦਾ ਯਕੀਨ ਕਰ ਲਈਏ ਕਿ ਅਸੀਂ ਸਹੀ ਬੋਲੀਏ ਤਾਂ ਕਿ ਦੂਜੇ ਦੇ ਕੰਨ 'ਚ ਸਹੀ ਪਵੇ ਸਹੀ ਸੁਣੀਏ ਤਾਂ ਕਿ ਜ਼ਿੰਦਗੀ 'ਚ ਸ਼ਾਂਤੀ ਆਵੇ ਰੋਜ਼ ਬਾਣੀ ਪੜਨੀ ਉਹ ਇਸ ਕਰਕੇ ਵੀ ਲਿਖਿਆ ਨਾਲ ਕਿ ਬੋਲ ਕੇ ਪੜਨੀ ਹੈ ਤਾਂ ਕਿ ਮੇਰਾ ਬੋਲਿਆ ਮੇਰੇ ਕੰਨ 'ਚ ਪਵੇ ਨਹੀਂ ਤੇ ਪਾਠ ਵੀ ਪੂਰਨ ਨਹੀਂ ਹੁੰਦਾ ਬੰਦੇ ਦਾ ਜੇ ਅਸੀਂ ਨਿਤਨੇਮ ਵੀ ਕਰਦੇ ਹਮੋਂ ਜੇ ਬੋਲ ਕੇ ਨਾ ਕਰੋਂ ਤਾਂ ਪੂਰਾ ਨਹੀਂ ਹੁੰਦਾ ਉਹ ਤਾਂ ਆਪਣੇ ਕੰਨਾਂ 'ਚ ਕੀ ਪਵੇ ਦੂਜਿਆਂ ਦੇ ਕੰਨਾਂ 'ਚ ਕੀ ਪਵੇ ਅਸੀਂ ਇਸ ਗੱਲ ਦੀ ਇੱਕ ਆਪ ਦੇ ਆਪ ਨਾਲ ਜ਼ਾਬੇਦਾਰੀ ਕਰ ਲਈਏ ਕਿ ਮੈਂ ਨਹੀਂ ਮਾੜਾ ਬੋਲਣਾ ਜਾਂ ਮੈਂ ਮਾੜਾ ਨਹੀਂ ਸੁਣਨਾ ਤੁਸੀਂ ਇਹ ਗੱਲ ਦੇਖ ਲਿਓ ਕਿ ਇੱਕ ਬੰਦਾ ਵੀ ਇਹ ਗੱਲ ਧਾਰਨ ਕਰ ਲੇ ਉਦੇ ਦਿਵਾਲੇ ਸਾਰੇ ਬੰਦਿਆਂ ਦੀ ਜ਼ਿੰਦਗੀ 'ਚ ਫਰਕ ਪਿਆ ਜਾਂਦਾ। ਇਹੀ ਗੱਲ ਖਾਣੇ ਬਾਰੇ ਐ। ਇਹੀ ਗੱਲ ਗਾਣੇ ਬਾਰੇ ਵੀ ਐ। ਗਾਣਾ ਕੋਈ ਮਨੋਰੰਜਨ ਨਹੀਂ ਹੈ। ਸਾਡਿਆਂ ਧੀਆਂ ਪੁੱਤਾਂ ਨੂੰ ਲੀਹੋਂ ਲਾਉਣ ਦੀ ਖੇੜਾ ਜੀ। ਲੀਤੋਂ ਲਾ ਦੇਣ ਦੀ। ਗਾਣੇ ਕਿਹੇ ਜੇ বাজਦੇ ਨੇ ਸਮਾਂ ਸਮਾਪਤ ਹੋਣ ਵਾਲਾ ਪਰ ਦੋ ਨਿੱਕੀ ਨਿੱਕੀਆਂ ਗੱਲਾਂ। ਪਹਿਲਾ ਗਾਣਾ ਇਹ বাজਦਾ ਸੀ ਕਿ ਜੱਟ ਉੱਠ ਕੇ ਸਵੇਰੇ ਹਲ ਬੋਹਦਾ ਵੱਡੇ ਟੜਕੇ ਦਾ ਹੁਣ ਕਿਹੇ ਜਾ ਗਾਣਾ ਵੱਜਦਾ ਜੀ ਜੱਟ ਉੱਠਦਾ ਰੋਜ਼ ਦੁਪਹਿਰੇ ਸਾਡੇ ਜਵਾਕ ਨਿਕੰਮੇ ਹੋਣ ਤੇ ਨਿਕੰਮੇ ਹੋਣ ਦੇ ਵਿੱਚ ਖੁਸ਼ੀ ਮਹਿਸੂਸ ਕਰਨ ਇਹ ਗੱਲ ਗਾਣਿਆਂ ਰਾਹੀਂ ਸਿੱਧ ਹੁੰਦੀ ਹੈ ਪਹਿਲਾਂ ਲੋਕੀ ਸ਼ਰਾਬ ਪੀਂਦੇ ਚੋਰੀ ਪੀਂਦੇ ਸੀ ਵੀ ਟੱਬਰ ਨੂੰ ਪਤਾ ਨਾ ਲੱਗੇ ਹੁਣ ਜਦੋਂ ਗਾਣਾ ਹੀ ਕਹਿੰਦਾ ਹੈ ਵੀ ਮੇਰੀ ਗੱਡੀ 'ਚ ਗਲਾਸ ਪਏ ਨੇ ਆਪਾਂ ਖੜਕੇ ਪੀਂਦੀ ਐ ਤਾਂ ਲੋਕਾਂ 'ਚ ਇੱਜ਼ਤ ਵੱਧ ਗਈ ਇਸ ਗੱਲ ਦੀ ਸਾਡੀਆਂ ਕੁੜੀਆਂ ਕੀ ਕਰਨ ਠੀਕ ਉਹਦੇ ਲਈ ਗਾਣੇ ਮਸ਼ਹੂਰੀ ਦਿੰਦੇ ਨੇ ਐਸੇ ਐਸੇ ਬੋਲ ਨੇ ਗਾਣਿਆਂ ਦੇ ਕਿਹੜਾ ਕੋਈ ਇੱਜ਼ਤਦਾਰ ਬੰਦਾ ਉਹ ਸੁਣ ਨਹੀਂ ਸਕਦਾ ਠੀਕ ਦਿਨ ਰਾਤ ਜਿਹੜੀ ਚੀਜ਼ ਕੰਨਾਂ 'ਚ ਪੈਂਦੀ ਅਖੀਰ ਨੂੰ ਅਸਰ ਕਰਦੀ ਖੀਰ ਨੂੰ ਉਹ ਅਸਰ ਕਰਦੀ ਹੈ ਅਸੀਂ ਆਪਣੇ ਧੀਆਂ ਪੁੱਤਾਂ ਦੇ ਉੱਤੇ ਬਾਣੀ ਦਾ ਕਿੰਨਾ ਅਸਰ ਪਾਉਣ ਦੇ ਸਮਰੱਥ ਹਾਂ ਆਪ ਕਿੰਨਾ ਕਰਨ ਦੇ ਸਮਰੱਥ ਹਾਂ ਇਹ ਗੱਲ ਹੈ ਜਿਹੜੀ ਇਹ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਨੂੰ ਮਨਾਉਣ ਨਾਲ ਜੁੜੀ ਹੋਈ ਹੈ ਅੱਜ ਦੀ ਘੜੀ ਸਾਡੇ ਲੋਕਾਂ ਦੇ ਉੱਤੇ ਬਾਬਰ ਦੀ ਗੱਲ ਦਾ ਅਸਰ ਜ਼ਿਆਦਾ ਹੈ ਕਿ ਸ਼ਰਾਬ ਪੀਣ ਨਹੀਂ ਜਾਣਦੇ ਸਾਡੇ ਪਿੰਡ ਦੇ ਲੋਕ ਹਰ ਪਿੰਡ ਦੇ ਲੋਕ ਪੀਣ ਜਾਣਦੇ ਅੱਜ ਕੱਲ ਤੇ ਖੁੱਲ ਕੇ ਪੀਂਦੇ ਨੇ ਤੁਸੀਂ ਅਖਬਾਰਾਂ ਦੇ ਵਿੱਚੋਂ ਹਰ ਸਾਲ ਅੰਕੜੇ ਆਉਂਦੇ ਹੁੰਦੇ ਆ ਕਿ ਐ ਸਾਲ ਫਲਾਨੇ ਜ਼ਿਲ੍ਹੇ ਦੇ ਠੇਕਿਆਂ ਦੀ ਬੋਲੀ ਇੰਨੇ 100 ਕਰੋੜ ਦੀ ਹੋਈ ਮੈਂ ਪਟਿਆਲੇ ਪੜਨ ਗਿਆ 98 'ਚ ਉਦੋਂ ਉਦੋਂ ਖਬਰ ਆਈ ਕਿ 38 ਕਰੋੜ ਦੀ ਪਟਿਆਲੇ ਦੇ ਠੇਕਿਆਂ ਦੀ ਬੋਲੀ ਹੋਈ ਪੰਜ ਸਾਲਾਂ ਬਾਅਦ ਮੈਂ ਦੁਬਾਰੇ ਪੜਿਆ ਉਹ ਲਿਖਿਆ ਸੀ 38 ਕਰੋੜ ਤੋਂ ਵੱਧ ਕੇ 190 ਕਰੋੜ ਦੀ ਹੋਈ ਉਹ ਸਾਰੀ ਸਾਡੇ ਲੋਕਾਂ ਨੇ ਪੀਤੀ ਨਸ਼ਾ ਕੋਈ ਦੁੱਖ ਭਲਾਉਣ ਦਾ ਤਰੀਕਾ ਨਹੀਂ ਹੈ ਨਾ ਉਹ ਜੀ ਲਾਉਣ ਦਾ ਤਰੀਕਾ ਹੈ ਜਿਹੜੇ ਉਹਦੀ ਮਸ਼ਹੂਰੀ ਕਰ ਰਹੇ ਨੇ ਉਹਨਾਂ ਦੇ ਕਾਬੂ ਹੋਣ ਦੀ ਗਵਾਹੀ ਹੈ ਜਿੱਥੇ-ਜਿੱਥੇ ਲੋਕ ਸੂਰਮੇ ਰਹੇ ਨੇ ਸਰਕਾਰਾਂ ਨੇ ਉੱਥੇ-ਉੱਥੇ ਵਿੰਗ ਪਾਇਆ ਕਿ ਉਹ ਪਹਿਲਾਂ ਬਦਮਾਸ਼ ਬਣ ਫਿਰ ਉਹ ਨਸ਼ੇੜੀ ਬਣ ਤੇ ਪੰਜਾਬ 'ਚ ਤੁਹਾਡੇ ਸਾਹਮਣੇ ਇਦਾਂ ਹੋਇਆ ਹੁਣ ਸਾਡੀ ਅਗਲੀ ਪੀੜ੍ਹੀ ਕੀ ਕਰੇ ਇਹਦਾ ਹੱਲ ਬਾਹਰ ਜਾਣ 'ਚ ਵੀ ਨਹੀਂ ਹੈਗਾ ਜਿਹੜੇ ਇਤਿਹਾਸ ਦਾ ਮਾਣ ਹੈ ਉਹ ਇਤਿਹਾਸ ਸਾਨੂੰ ਸੁਣਾਉਣਾ ਪਊ ਤੇ ਜਿਹੜਾ ਇਤਿਹਾਸ ਮਾਣਯੋਗ ਬਣਿਆ ਉਹ ਗੁਰਬਾਣੀ ਕਰਕੇ ਬਣਿਆ ਉਹ ਗੁਰਬਾਣੀ ਵੀ ਸੁਣਾਉਣੀ ਪਊ ਤੇ ਜਿਹੜਾ ਅਸੀਂ ਖਾਣ ਪੀਣ ਦਾ ਤਰੀਕਾ ਹੋਰਾਂ ਦਾ ਅਪਣਾ ਲਿਆ ਉਹ ਵੀ ਛੱਡਣਾ ਪਊ ਜੇ ਆਪਣੇ ਆਪ ਨੂੰ ਸਿੱਖ ਸਮਝਣਾ ਹੈ ਜਾਂ ਪੰਜਾਬ ਦੇ ਲੋਕ ਸਮਝਣਾ ਹੈ ਤਾਂ ਖਾਣਾ ਪੀਣਾ ਬੋਲਣਾ ਆਪਣਾ ਚਾਹੀਦਾ ਦਾਵਾ ਹੋਰ ਕਰੀਏ ਤੇ ਕੰਮ ਹੋਰ ਕਰੀਏ ਉਹਦੇ ਨਾਲ ਜੋ ਸਾਡੀ ਹਾਲਤ ਹੈ ਲੋਕਾਂ ਦੀ ਬਿਮਾਰੀ ਦੀ ਤੁਖਾਂ ਦੀ ਉਹ ਇਸ ਤਰ੍ਹਾਂ ਰਹਿਣੀ ਹੈ ਇਰਾਨੀਅਤ ਦੇ ਝੰਡਿਆਂ ਦੇ ਬਦਲ ਨਾਲ ਜ਼ਿੰਦਗੀ ਨਹੀਂ ਬਦਲਣ ਲੱਗੀ ਅਸੀਂ ਆਪਣੇ ਸ਼ਬਦ ਬਦਲ ਗਏ ਆਪਣਾ ਖਾਣਾ ਬਦਲ ਗਏ ਆਪਣੇ ਅਮਲ ਬਦਲ ਗਏ ਉਹਦੇ ਨਾਲ ਬਦਲ ਨਹੀਂ ਆ ਭੁੱਲਾਂ ਚੁੱਕਾਂ ਲਈ ਖਿਮਾ ਜੋ ਗਲਤ ਹੈ ਉਹ ਮੇਰਾ ਜੋ ਸਹੀ ਹੈ ਉਹ ਸੰਗਤ ਦਾ ਉਹ ਗੁਰੂ ਦਾ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਖੀਰ ਅੰਤ ਦਾ ਦਿਨ ਆ ਗਿਆ ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾ ਵਾਸਤੇ ਬੁਲਾ ਲਿਆ ਗਿਆ ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ ਚਿਹਰੇ ਦਾ ਰੰਗ ਬਦਲ ਚੁੱਕਾ ਸੀ ਸਾਹ ਉਖੜਨਾ ਸ਼ੁਰੂ ਹੋ ਗਿਆ ਸੀ ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁਝ ਗਈ 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ ਹੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਇਸਵੀ ਤਾਰੀਖ ਸੀ ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ ਹਾਂ ਪੂਰਨਮਾਸ਼ੀ ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ ਪਰ ਪੰਜਾਬੀਆਂ ਦੇ ਭਾ ਦਾ ਦਿਨ ਦੀਵੀ ਹਨੇਰ ਪੈ ਗਿਆ ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮਚ ਗਈ ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ ਸਾਰਾ ਪੰਜਾਬ ਰੰਡਾ ਹੋ ਗਿਆ ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ ਪੰਜ ਦਰਿਆਵਾਂ ਦੀ ਧਰਤੀ ਦਾ ਬੱਚਾ-ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ ਉਨਾ ਕਰੀ ਉਸ ਰਾਤ ਕਿਉਂ ਦੀਆਂ ਜੋਤਾਂ ਜਗੀਆਂ